ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁਅਲੈਕਮ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਠਾਕ ਫਿਟ ਫਾਟ ਰਾਜ਼ੀ ਖੁਸ਼ ਹੋ ਸੋ ਮੈਂ ਮੁਹੰਮਦ ਕਾਸ਼ਿਫ ਤੁਸੀਂ ਬੰਦੇ ਪਰ YouTube ਦੇ ਚੈਨਲ KWP ਵਲੌਗ ਤੋਂ ਦੋਸਤੋ ਕਦੀ ਨਾ ਮੈਂ ਸੀ ਤਵੀ ਖਾਇਆ ਲੇਕਿਨ ਅੱਜ ਮਜਬੂਰੀ ਬਣ ਗਈ ਹੈ ਮਜਬੂਰੀ ਕੀ ਹੈ ਤੁਹਾਨੂੰ ਦੱਸਦਾ ਹਾਂ ਤੇ ਵੀਡੀਓ ਦੇ ਜ਼ਰੀਏ ਰਿਵਿਊ ਵੀ ਕਰਿੰਦਾ ਮੈਂ ਅੱਜ ਫੋਟੋਆਂ ਦੇ ਜ਼ਰੀਏ ਰਿਵਿਊ ਹੈ ਚਲੋ ਖੈਰ ਗੁਜ਼ਾਰਾ ਕਰੇ ਸੋ ਅਸੀਂ ਰਿਵਿਊ ਮੁਕੰਮਲ ਤੁਹਾਨੂੰ ਕਰੇ ਸਾਹਿਬ ਆਵੇਂ ਫੋਟੋਆਂ ਦੇ ਜ਼ਰੀਏ ਕਰਾਈਏ ਤੇ ਬਾਅਦ ਵਿੱਚ ਵੀਡੀਓ ਦੇ ਜ਼ਰੀਏ ਕਰਾਈ ਹੈ ਟਰੈਕਟਰ ਦੇ ਗੇਅਰ ਵਾਲੇ ਇਸੇ ਤੋਂ ਸ਼ੁਰੂ ਕਰਦੇ ਆ ਗੇਅਰ ਵਾਲੇ ਇਸਾ مالک ਤਾਂ ਹਰਸ਼ਨ ਚਾਹੀ ਰੱਖਦੇ ਨੇ ਬਸ ਸਾਡੀ ਗੱਡੀ ਆਈ ਤੇ ਸਾਡੀ ਗੱਡੀ ਆਈ ਲੇਕਿਨ ਆਹ ਦਾ ਪਿਆ ਹੈ ਮਲਣੀ ਪਉਸੀ ਗੱਲ ਜੋ ਮੈਂ ਚਲਾਖ ਨਹੀਂ ਵੇਖਿਆ ਭਈ ਗੇਅਰ ਵਾਲਾ ਇਸਾ ਚੰਗਾ ਹੈ ਰੇਸ ਵੇ ਕੋ ਨਾ ਮਲੂਮ ਹੁੰਦਾ ਭਈ ਦਵਾ ਸਰੀਆ ਲੱਗਾ ਟਰੈਕਟਰ ਨੂੰ ਰੇਸ ਦੀ ਜਗ੍ਹਾ ਤੇ ਚਲੋ ਜੋ ਵੀ ਹੈ ਮੀਟਰ ਟਰੈਕਟਰ ਦੇ ਚੰਗਾ ਖਲੋਤਾ ਹ ਰੇਮ ਟਰੈਕਟਰ ਦੇ ਜੀ ਤੋ ਤਾਂ ਇਹ ਸਿੰਦੇ ਪੈਣ ਨੂੰ ਤੋ ਤਾਂ ਤੇ ਚੋਣ ਪਦੇ ਸਿੰਦੇ ਆਪਣੇ ਰੰਗੇ ਸ਼ਾਇਦ ਖਲੋਤਣ ਤੇ ਬਾਕੀ ਅਗਰ ਕਲੋਜ਼ ਦੂ ਰੇਮਵੇ ਕੇ ਜਾਂਦੇ ਤਾਂ ਹੋਰ ਚਾਸਾ ਹੈ ਥੋੜਾ ਦੂਰ ਤੋਂ ਹੈ ਨਾ ਹੋਕ ਟਰੈਕਟਰ ਨੂੰ ਲੱਗੀ ਹੋਈ ਹੈ ਤੇ ਪਿਛਲਾ ਹਿੱਸਾ ਐ ਟਿਊਬਾਂ ਵਗੈਰਾ ਤੇ ਲਿੰਕਾਂ ਐ ਟਰੈਕਟਰ ਦੀਆਂ ਹਨ ਆਪਣੀਆਂ ਲਿੰਕ ਐ ਚ ਖਲੋਤਾ ਤੇ ਟਿਊਬਾਂ ਵੀ ਆਪਣੀਆਂ ਐ ਇਸੋਂ ਤੇ ਤਰੁੱਟਾ ਵੀ ਕੋਈ ਨਹੀਂ ਟਰੈਕਟਰ ਦੇ ਅਸੀਂ ਸਲੰਸਰ ਦੀ ਤੇ ਗੱਲ ਕਰੀਏ ਤਾਂ ਸਲੰਸਰ ਵੀ ਮੈਸੀਦਾ ਆਪਣਾ ਤੇ ਬਾਕੀ ਜਿਹੜਾ 22000 ਦਸਿੰਦਪ ਹੈ ਉਹ ਹੋਈ ਹੈ तकरीबन ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਟਰੈਕਟਰ ਦਾ ਐਕਸਲ ਅੰਦਰ ਵਾਲੂ ਤੇ ਰਿਮ ਰਿਮ ਮੰਦਰੂ ਚੋਂ ਸਾਫ ਨਜ਼ਰ ਆ ਰਿਹਾ ਹੈ ਤੇ ਐਕਸਲ ਵੀ ਚੋਂ ਚੰਗਾ ਬੱਲਾ ਖਲੋਤਾ ਚੰਗਾ ਵੀ ਆਈਪੀ ਐਕਸਲ ਦੇ ਟਰੈਕਟਰ ਦਾ ਨੰਬਰ ਜੀ ਡਬਲ ਏ 3999 ਪਤਾ ਨਹੀਂ ਇਹ ਕਿਹੜੇ ਸ਼ਹਿਰ ਦਾ ਨਹੀਂ ਤਸਲੀਮ ਨਹੀਂ ਤਾਂ ਚਲੋ ਜਿਹੜੇ ਸ਼ਹਿਰ ਦਾ ਵੀ ਹੈ ਲੱਗਾ ਹੋਇਆ ਹੈ ਨੰਬਰ ਦੋ ਸਾਈਡ ਵਾਲਾ ਰਿਮ ਤੇ ਐਕਸਲ ਉਹ ਵੀ ਤੁਹਾਡੀਆਂ ਆਪਣੀਆਂ ਕਿ ਦਸਾਂਵੇਂ ਇਸ ਦੇ ਬਾਰੇ ਵੀ ਦੱਸਣ ਦੀ ਕਾਇ ਨਹੀਂ ਲੋੜ ਸਾਫ਼ ਮਲੂਮ ਹੋ ਰਿਹਾ ਐਕਸਲ ਵਗੈਰਾ ਟਰੈਕਟਰ ਦਾ ਬੁਲਾਕ ਤੇ ਬਾਕੀ ਫਿਲਟਰ ਡਬਲ ਫਿਲਟਰ ਵਾਲਾ ਹੈ ਮੈਸੀ 135 ਇੱਕ ਫਿਲਟਰ ਵਾਲਾ ਹੁੰਦਾ ਲੇਕਿਨ ਇਹ ਡਬਲ ਫਿਲਟਰ ਵਾਲਾ ਹੈ ਠੀਕ ਤੇ ਟਰੈਕਟਰ ਦਾ ਜਨਰੇਟਰ ਜਨਰੇਟਰ ਬਿਲਕੁਲ 16 ਅੰਨੇ ਕੰਮ ਕਰਦਾ ਜਿਹੜਾ ਟਰੈਕਟਰ ਦਾ ਸਲਫੇ ਉਹ ਏ ਟਰੱਕਾ ਲੱਗਾ ਹੋਇਆ ਸਲਫੇ ਡੰਪਰ ਵਾਲਾ ਸਲਾਫੇ ਮਤਲਬ ਹੈ ਟਰੈਕਟਰ ਵਾਲਾ ਨਹੀਂ ਟਰੈਕਟਰ ਦਾ ਅਗਲਾ ਟਾਇਰ ਖਲੋਤੈਣ ਜ਼ੀਰੋ ਤੇ ਪਿੱਛਲਾ ਟਾਇਰ ਕੋਜ ਵਾਲ ਲੈਣ ਹੁਣ ਆ ਜਾਓ ਤੁਹਾਨੂੰ ਕੀਮਤ ਲੋਕੇਸ਼ਨ ਮਾਡਲ ਬਾਕੀ ਸਾਰੀਆਂ ਗੱਲਾਂ ਮੈਂ ਖੋਦਾਕ ਦੱਸਾਂ ਆਓ ਮੇਰੇ ਨਾਲ ਆਹ ਦੀ ਵੀਡੀਓ ਫੋਰਡ ਯਾਰ ਜ਼ੁਬਾਨ ਤੇ ਚੜਿਆ ਹੋਇਆ ਹੈ ਮੈਸੀ 135 ਥੋਨ ਪਤਾ ਤੁਹਾਡੇ ਬਿਰਾ ਇੱਥੇ ਫੋਰਡ ਤੋਂ ਇਲਾਵਾ ਹੋਰ ਤਾਂ ਕੋਈ ਟਰੈਕਟਰ ਨਹੀਂ ਲਾਇਆ ਅਗਰ ਕੋਈ ਲਾਇਆ ਵੀ ਹੈ ਇਸੂ ਤਾਕੀ ਸੇ ਮਜਬੂਰੀ ਦੇ ਤਹਿਤ ਲਾਇਆ ਅੱਜ ਵੀ ਇਹ ਕੇ ਮਜਬੂਰੀ ਬਣੀ ਮੈਂ ਮਜਬੂਰੀ ਕੀ ਐਵੇਂ ਇੱਕ ਦੋ ਸੈਕਿੰਡ ਦੇ ਵਿੱਚ ਗੱਲ ਮੁਕਾ ਕੇ ਗਾ ਚਲਦੇ ਆ ਟਰੈਕਟਰ ਦੀ ਗੱਲ ਕਰ ਰਹੇ ਆ ਤੁਹਾਡੇ ਨਾਲ ਮਜਬੂਰੀ ਆ ਬਣੀ ਐ ਭਾਈ ਮੇਰੇ ਕੋਲ ਫੋਲਡ ਦੇ ਵੀਡੀਓ ਕੋਈ ਨਾ ਹੁਣ ਯਾਰ ਐ ਤਾਂ ਤੁਹਾਡੀ ਕੀ ਯਾਰ ਥਾਣਾ ਕੋਈ ਵੀਡੀਓ ਯਾਰ ਗਲਾਇਓ ਮੈਨੂੰ ਤਾਂ ਕਿ ਮੈਂ ਤੁਹਾਨੂੰ ਵਿਖਾ ਸਕਾਂ ਇਸੇ ਚੈਨਲ ਤੇ ਜੇ ਨਾ ਬਰਾਵਾ ਵੇਚਣਾ ਟਰੈਕਟਰ ਉਹਨਾਂ ਕారణ ਮੇਰਾ ਨੰਬਰ 03320687583 WhatsApp ਬਣੀ ਹੋਈ ਹੈ WhatsApp ਮੈਂ ਮੈਸੇਜ ਸੈਂਡ ਕਰੋ ਤੁਹਾਡੇ ਮੈਸੇਜ ਦਾ ਰਿਪਲਾਈ ਕੀ ਵੀਡੀਓ ਕਰ ਲੋ ਤਾਂ ਮੈਂ ਤੁਹਾਡੀ ਵੀਡੀਓ ਅਪਲੋਡ ਕਰਾਂ ਫੌਰਨ ਤੇ ਬਾਕੀ ਜੇ ਹਾਲੀ ਤਾਈ ਤੁਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਛਡੋ ਘੰਟੀ ਦਾ ਨਿਸ਼ਾਨ ਹੁੰਦਾ ਆਲ ਤੇ ਜ਼ਰੂਰ ਕੀਤਾ ਕਰੋ ਤਾਂ ਕਿ ਬਾਰ ਬਾਰ ਯਾ ਇਹ ਵੀਡੀਓ ਕੋ ਉੱਦ ਤੁਹਾਡੀਆਂ ਕਿਦੇ ਸਾਹਮਣੇ ਆਈ ਪਈ ਹੋਵੇ ਤੇ ਜਨਾਬ ਨੂੰ ਟਰੈਕਟਰ ਵਾਲੀ ਪਾਸੇ ਲੈ ਕੇ ਆ ਜਬ ਇਹ ਢੇਰ ਘੁਮਾ ਵੀ ਇਹ ਫਿਰਾ ਵੀ ਇਹ ਨਹੀਂ ਜੋ ਇਤਨਾ ਢੇਰ ਔਰ ਆਪਰਾਟੋਰਾਂ ਨੂੰ ਮੈਂ ਸਮਝਦਾ ਕੋਈ ਫਾਇਦਾ ਨਹੀਂ ਲੱਗਦਾ ਕੀ ਦੱਸਾਂ ਟਰੈਕਟਰ ਦੇ ਬਾਰੇ ਤੇ ਕੀ ਪੁੱਛਦੇ ਹੋ ਮੈਂ ਤੁਹਾਨੂੰ ਟਰੈਕਟਰ ਦੇ ਬਾਰੇ ਬਈ ਇਤਨੀ ਟਰੈਕਟਰ ਤੇ ਕਾਇ ਨਹੀਂ ਤੇ ਬਾਕੀ ਟਰੈਕਟਰ ਦੇ ਪੈਸੇ ਮਾਲਕ ਮੰਗਦਾ ਪਿਆ ਉਹ ਤਾਂ ਉਸ ਮੰਗਣੇ ਹੀ ਮੰਗਣੇ ਨੇ ਜੋ ਹੁੰਦਾ ਟਰੈਕਟਰ ਦੀ ਹੈ ਜਾਰੀ ਗੱਲ ਤੇ ਕੰਡੀਸ਼ਨ ਦੱਸਿੰਦਾ ਵੀ ਇੰਨ ਕੋ 14 ਇੰਚ ਆਨੇ ਐ 16 ਇੰਚ ਮੱਲਾ ਬਿੰਨ ਟੈਟ ਤੇ ਅਗਲੀ ਗੱਲ ਟਰੈਕਟਰ ਦੀ ਦਰਸਾਂ ਤੋਂ ਕਿਹੜੀ ਕਿਹੜੀ ਖੂਬੀ ਮੈਂ ਦੱਸਾਂ ਕਿਹੜੀ ਕਿਹੜੀ ਗੱਲ ਮੇਰੇ ਲੈਨੇ ਚੰਦੀ ਕਾਇ ਨਹੀਂ ਗੱਲ ਹੀ ਐ ਟਰੈਕਟਰ ਦਾ ਮਾਡਲ 178 ਟਰੈਕਟਰ ਬਾਕੀ ਸਾਰਾ ਜੈਨਮਨ ਜੈਨਮਨ ਹੈ ਮਾਲਕ ਆਂਦਾ ਬੈਟਰੀ ਉੱਤੇ ਕਾਇ ਦੀ ਸੁ ਕਾਗਜ਼ਾਂ ਦਾ ਕੱਲੀ ਆਰੇ ਟਰੈਕਟਰ ਤੇ ਇੰਨ ਅੱਗੇ ਦਾ ਛੜਿਆ ਕ੍ਰਿੰਕ ਵਗੈਰਾ ਉਸmein ਕਾਇ ਨਹੀਂ ਦੱਸੀ ਐਂਡ ਤੁਹਾਨੂੰ ਦੱਸਾਂ ਟਰੈਕਟਰ ਦਾ ਮਾਡਲ ਮਾਡਲ 1978 ਹੈ ਯਾਰ ਸੀਰੀਆ ਸਾਹਿਬ ਇਹ ਮਜ਼ਾਕ ਕਿਸਾਇਆ ਹੋ ਗਿਆ ਮਾਡਲ 1978 78 ਮਾਡਲ ਮੈਨੂੰ ਤਾਂ ਨਹੀਂ ਪਤਾ ਮੈਂ ਸਿੱਧਾ 135 ਦਾ ਕੀ ਹੋ ਜਾਂਦਾ ਤੁਹਾਨੂੰ ਆਪ ਨੂੰ ਪਤਾ ਹੋਣੀ ਚਲੋ ਅਗਰ ਕਿਸੇ ਵੀਰਾਨ ਪਤਾ ਹੈ ਪੁੱਛਣਾ ਚਾਹਵੇ ਤਾਂ ਪੁੱਛ ਸਕਦਾ ਮੈਂ ਸਰਚ ਕਰਕੇ ਜ਼ਰੂਰ ਦੱਸ ਦਿਸਾ ਸਾਹਿਬ ਨੂੰ ਤੇ ਬਾਕੀ ਟਰੈਕਟਰ ਦੀ ਕੀਮਤ ਹੈ ਜਾਂ ਲੋਕੇਸ਼ਨ ਲੋਕੇਸ਼ਨ ਹੈ ਨੂਰਪੁਰ ਥਲ ਤੇ ਬਾਕੀ ਜਿਹੜੀ ਟਰੈਕਟਰ ਦੇ ਪੈਸੇ ਹਨ ਪੈਸੇ 5 ਲੱਖ 50000 ਰੁਪਇਆ ਮਾਲਕ ਤੋਂ ਮੰਗਦਾ ਮਾਲਕ ਤੋਂ ਨੰਬਰ ਸਕਰੀਨ ਤੇ ਤੁਸੀਂ ਸਿਮ ਜ ਆਉਣ ਲੀ ਵੀਡੀਓ ਚ ਤਣ ਤਾਈ ਅੱਲਾ ਫੇਰ